ਮਜ਼ਦੂਰ ਏਕਤਾ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਕਿਸਾਨ ਏਕਤਾ ਜਿੰਦਾਬਾਦ ਕਿਸਾਨ ਏਕਤਾ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਨੌਜਵਾਨ ਏਕਤਾ ਜਿੰਦਾਬਾਦ ਮੋਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਵੀ ਜੋ ਤੂੰ ਇਹ ਕਾਲੇ ਕਾਨੂੰਨ ਲੋਕਾਂ ਨੇ ਥੋਪਦੇ ਆ ਇਹਨਾਂ ਨੂੰ ਵਾਪਸ ਲੈ ਤੇ ਲੋਕ ਆਪੋ ਆਪਣੇ ਘਰਾਂ ਜਾ ਕੇ ਆਪਣਾ ਕਾਰਜ ਕਰਨ ਆਪਣੀ ਮਿਹਨਤ ਦੀ ਰੋਟੀ ਖਾ ਕੇ ਆਪਣੇ ਬੱਚਿਆਂ ਦੇ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਸੌਖੀ ਜੀ ਬਾਬਾ ਜੀ ਲੋਕਾਂ ਦਾ ਕਿੰਨਾ ਕੁ ਸਮਰਥਨ ਮਿਲ ਰਿਹਾ ਤੁਹਾਨੂੰ ਇਸ ਸੰਬੰਧ ਬਾਰੇ ਮੋਦੀ ਸਿਰਫ ਬੀਜੇਪੀ ਸਰਕਾਰ ਛੱਡ ਕੇ ਸਾਰਾ ਲੋਕ ਹੀ ਹਰ ਵਰਗ ਦਾ ਹਰ ਧਰਮ ਦਾ ਹਰ ਲੋਕ ਇਸ ਅਮਾਮ ਦੇ ਵਿੱਚ ਜੋ ਸਮੁੰਦਰ ਦਾ ਠਾਠਾ ਮਾਰਦਾ ਇਕੱਠ ਹੈ ਹਰ ਲੋਕ ਇਕੱਲਾ ਕਿਸਾਨਾਂ ਦਾ ਨਹੀਂ ਹਰ ਵਰਗ ਦਾ ਕੋਈ ਪਰੇਸ਼ਾਨੀ ਤਾਂ ਨਹੀਂ ਆ ਰਹੀ ਲੋਕਾਂ ਦੀ ਪਰੇਸ਼ਾਨੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਰੱਦ ਕਰਾਉਣ ਵਾਸਤੇ ਪ੍ਰਗਟ ਕੀਤਾ ਜਾ ਰਿਹਾ ਅੱਜ ਦਾ ਥੋੜ੍ਹਾ ਪੰਜ ਛੇ ਮਹੀਨੇ ਹੋ ਚੱਲੇ ਕਰਦਿਆਂ ਬਾਬਾ ਜੀ ਜਿਹੜਾ ਅੰਦੋਲਨ ਇੱਥੇ ਤੁਸੀਂ ਕੀਤਾ ਹੋਇਆ ਕਿਹੜੇ ਕਿਹੜੇ ਪਿੰਡਾਂ ਤੋਂ ਲੋਕ ਇਕੱਠੇ ਹੋਏ ਇਸ ਇਲਾਕੇ ਦੇ ਲੋਕਲ ਪਿੰਡ ਆ ਹਰ ਇਲਾਕੇ ਵੱਲੋਂ ਕੀਤਾ ਜਾ ਰਿਹਾ ਨਾਲੇ ਇਕੱਲੇ ਇੱਥੇ ਨਹੀਂ ਗਾ ਬਹੁਤ ਛੋਟੇ ਛੋਟੇ ਅੱਡੇ ਹੋਰ ਵੀ ਬਣਾਏ ਹੋਏ ਬਥੇਰੇ ਉੱਥੇ ਵੀ ਕੀਤਾ ਜਾ ਰਿਹਾ ਜਿਸ ਤਰ੍ਹਾਂ ਕਾਫੀ ਲੰਬਾ ਸਮਾਂ ਹੋ ਗਿਆ ਅੱਗੇ ਅੱਗੇ ਵਧਦਾ ਜਾ ਰਿਹਾ ਸੰਘਰਸ਼ ਕੀ ਕਹਿਣਾ ਚਾਹੁੰਦੇ ਕਿੰਨੀ ਕੁ ਜਲਦੀ ਹੋ ਸਕਦਾ ਇਹਦਾ ਜਿੰਨਾ ਮਰਜ਼ੀ ਲੰਮਾ ਹੋ ਜੇ ਜਿੰਨੀ ਵੱਡੀ ਕੋਈ ਦਿੱਕਤਾਂ ਹੁੰਦੀ ਉਹਨੂੰ ਉਹਨੇ ਵੀ ਟਾਈਮ ਲੱਗ ਜਾਂਦਾ ਠੀਕ ਕਰਦੇ ਹਾਂ ਮੋਦੀ ਸਰਕਾਰ ਨੂੰ ਕੀ ਅਪੀਲ ਕਰਦੇ ਹੋ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਇੱਕ ਮਿੰਟ ਬਾਈ ਲੰਘ ਜਾਣ ਦੇ ਹਾਂਜੀ ਤੁਸੀਂ ਕੀ ਨਾਮ ਹੈ ਆਪਣਾ ਕੀ ਮੇਰਾ ਨਾਮ ਹੈ ਜੀ ਮਨਦੀਪ ਸਿੰਘ ਮੈਂ ਭਾਰਤੀ ਕਿਸਾਨ ਯੂਨੀਅਨ ਟਕਾਉਂਦਾ ਬਨੂੜ ਦਾ ਪ੍ਰੈਜ਼ੀਡੈਂਟ ਹਾਂ ਜੀ ਠੀਕ ਹੈ ਅਤੇ ਅਸੀਂ ਅੱਜ ਸਵੇਰੇ 6 ਵਜੇ ਤੋਂ ਡਟੇ ਹੋਏ ਹਾਂ ਜੀ ਰੋਡ ਦੇ ਉੱਪਰ ਠੀਕ ਹੈ ਅਤੇ ਸਾਰੇ ਛੋਟੇ ਲਿੰਕ ਰੋਡ ਵੀ ਵੱਡੇ ਰੋਡ ਵੀ ਸਾਰੇ ਬੰਦ ਕੀਤੇ ਹੋਏ ਆ ਅਤੇ ਅਸੀਂ ਆਪਣਾ ਸਾਰੇ ਸ਼ਹਿਰ ਦੇ ਵਿੱਚ ਘੁੰਮ ਫਿਰ ਕੇ ਸਭ ਨੂੰ ਸੂਚਿਤ ਕੀਤਾ ਕਿ 6 ਤਰੀਕ ਨੂੰ ਸਾਡਾ ਸੰਪੂਰਨ ਬੰਦ ਹੈ ਅਤੇ ਸ਼ਾਂਤਮਈ ਤਰੀਕੇ ਨਾਲ ਅਸੀਂ ਇਹਨੂੰ ਫੋਲੋ ਕਰ ਰਹੇ ਹਾਂ ਅਤੇ ਆਪਣਾ ਮੈਡੀਕਲ ਨੂੰ ਬਿਲਕੁਲ ਹਰਾਸਮੈਂਟ ਨਹੀਂ ਕਰ ਰਹੇ ਹੈਗੇ ਕਿੰਨਾ ਕੁ ਸਮਰਥਨ ਮਿਲ ਰਿਹਾ ਤੁਹਾਨੂੰ ਲੋਕਾਂ ਦਾ ਇਸ ਵਿੱਚ ਫੁੱਲ ਸਪੋਰਟ ਆ ਜੀ ਸਾਰੇ ਦਬਕੇ ਤੋਂ ਦੁਕਾਨਦਾਰਾਂ ਵੱਲੋਂ ਵੀ ਫੁੱਲ ਸਪੋਰਟ ਹੈ ਸਾਰੀਆਂ ਦੁਕਾਨਾਂ ਬੰਦ ਹੈ ਇੱਥੋਂ ਤੱਕ ਹੀ ਰੇਹੜੀ ਵਾਲਿਆਂ ਨੇ ਵੀ ਜਿਹੜੇ ਫਰੂਟ ਵਗੈਰਾ ਵੇਚਦੇ ਆ ਉਹ ਵੀ ਮਤਲਬ ਸਾਡੀ ਸਪੋਰਟ ਦੇ ਵਿੱਚ ਇੱਥੇ ਬੈਠੇ ਆ ਉਹਨਾਂ ਨੇ ਵੀ ਬੰਦ ਕੀਤੀਆਂ ਹੋਈਆਂ ਹੁਣ ਜਿਹੜੇ ਲੋਕ ਆ ਜਾ ਰਹੇ ਆ ਉਹਨਾਂ ਦੀ ਪਰੇਸ਼ਾਨੀ ਬਾਰੇ ਤੁਸੀਂ ਕੋਈ ਉਪਰਾਲਾ ਕੀਤਾ ਦੇਖੋ ਇੱਦਾਂ ਹੈ ਜਿਹੜਾ ਕੋਈ ਮੈਡੀਕਲ ਹੈ ਜਾਂ ਕੋਈ ਹੋਸਪਿਟਲ ਜਾ ਰਿਹਾ ਕੋਈ ਜ਼ਰੂਰੀ ਉਸਦੀ ਜੋਬ ਜ਼ਰੂਰੀ ਹੈ ਉਹਨੂੰ ਅਸੀਂ ਤੰਗ ਨਹੀਂ ਕਰ ਰਹੇ ਬਿਲਕੁਲ ਵੀ ਅਤੇ ਬਾਕੀ ਰੂਟੀਨ ਵਿੱਚ ਸਭ ਨੂੰ ਪਤਾ ਹੈ ਕਿ 6 ਦਾ ਆਪਣਾ 6 ਵਜੇ ਤੋਂ ਵੀ ਬੰਦ ਹੋ ਜਾਣਾ ਹੈ ਅਤੇ ਕੋਈ ਜ਼ਿਆਦਾ ਹਰਾਸ਼ਮੈਂਟ ਨਹੀਂ ਹੈਗੀ ਇਹ ਤੁਸੀਂ ਬੰਦ ਰੱਖ ਕੇ ਕੀ ਮੋਦੀ ਸਰਕਾਰ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਹੁਣ ਮੇਰੇ ਖਿਆਲ 100-110 ਦਿਨ ਤੋਂ ਉੱਪਰ ਹੋ ਗਏ ਸਾਨੂੰ ਦਿੱਲੀ ਬੈਠਿਆਂ ਨੂੰ ਅਤੇ ਹੁਣ ਬਹੁਤ ਕੁਛ ਧਰਨਾ ਠੀਕ ਕਰਕੇ ਦੇਖ ਲਿਆ ਅਸੀਂ ਹੁਣ ਥੋੜ੍ਹਾ ਜਿਹਾ ਸੰਘਰਸ਼ ਤੇਜ਼ ਕਰਾਂਗੇ ਅੱਜ ਤਾਂ 1 ਦਿਨ ਦਾ ਬੰਦ ਹੋਇਆ ਹੋ ਸਕਦਾ ਅੱਗੇ ਨੂੰ ਇਹ ਹਫ਼ਤੇ ਦਾ ਹੋਵੇ 10 ਦਿਨ ਦਾ ਹੋਵੇ ਅਤੇ ਹੁਣ ਹੱਥ ਬੰਨ ਕੇ ਹੀ ਮੋਦੀ ਸਾਹਿਬ ਨੂੰ ਬੇਨਤੀ ਆ ਕਿ ਸਾਡਾ ਜਿਹੜੇ 3 ਕਾਲੇ ਕਾਨੂੰਨ ਆ ਉਹ ਰੱਦ ਕਰਨ ਹਾਂਜੀ ਆਪਣਾ ਨਾਂ ਕੀ ਹੈ ਜੀ ਔਰ ਆਪਣਾ ਮੇਰਾ ਸਤਪਾਲ ਜ਼ਿਲ੍ਹਾ ਪ੍ਰਧਾਨ ਕੁਲਿੰਦ ਖੇਤ ਮਜ਼ਦੂਰ ਯੂਨੀਅਨ ਤੁਸੀਂ ਧਰਨਾ ਜਿਹੜਾ ਲਾ ਰਹੇ ਹੋ ਇਹਦਾ ਕਿੰਨਾ ਕੁ ਰਿਸਪੋਂਸ ਮਿਲ ਰਿਹਾ ਇਹਦਾ ਬਹੁਤ ਜ਼ਿਆਦਾ ਰਿਸਪੋਂਸ ਹੈ ਔਰ ਹਰ ਵਰਗ ਦਾ ਰਿਸਪੋਂਸ ਹੈ ਨੌਜਵਾਨ ਕੀ ਬਜ਼ੁਰਗ ਕੀ ਸਾਰੇ ਹਰ ਵਰਗ ਦਾ ਜਿਹੜਾ ਹਰ ਤਰ੍ਹਾਂ ਦਾ ਜਿਹੜਾ ਰਿਸਪੋਂਸ ਹੈ ਬਹੁਤ ਵੱਡੇ ਪੱਧਰ ਦੇ ਰਿਸਪੋਂਸ ਮਿਲ ਰਿਹਾ ਕਿਹਨਾਂ ਕਿਹਨਾਂ ਨੂੰ ਰੋਕ ਰਹੇ ਹੋ ਤੁਸੀਂ ਕਿਹਨਾਂ ਨੂੰ ਜਾਣ ਦੀ ਛੂਟ ਦੇ ਰਹੇ ਹੋ ਕੀ ਸਰਕਾਰ ਦੀ ਜੋ ਆਪਣੀ ਕਿਸਾਨਾਂ ਦੀ ਗਾਈਡਲਾਈਨ ਉੱਪਰ ਉਹਨੂੰ ਪੂਰੀ ਫੋਲੋ ਕਰ ਰਹੇ ਹੋ ਜਿਹੜੀ ਕਿਸਾਨਾਂ ਦੀ ਗਾਈਡਲਾਈਨ ਦੇ ਮੁਤਾਬਕ
ਅਸੀਂ ਜਿਹੜੇ ਕੋਈ ਮਰੀਜ਼ ਨੇ, ਕੋਈ ਵਿਆਹ ਵਾਲੇ ਨੇ, ਕੋਈ ਜ਼ਰੂਰੀ ਸੇਵਾਵਾਂ ਜਿਹੜੀ ਹੈਗੀਆਂ ਉਹਨਾਂ ਨੂੰ ਅਸੀਂ ਜਾਣਦੇ ਰਹੇ, ਜਿਹੜੇ ਬਾਕੀ ਲੋਕ ਨੇ ਉਹਨਾਂ ਨੂੰ ਰੋਕ ਕੇ। ਲੋਕ ਵਿਰੋਧ ਤਾਂ ਨਹੀਂ ਕਰ ਰਹੇ ਕੋਈ ਜਾਣ ਬਾਰੇ? ਬਿਲਕੁਲ ਇਸ ਤਰ੍ਹਾਂ ਦਾ ਕਿਸੇ ਨੇ ਵਿਰੋਧ ਨਹੀਂ ਕੀਤਾ, ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਲੋਕ ਇਹਦੇ ਵਿੱਚ ਸ਼ਾਮਿਲ ਹੋਣੇ, ਸਹਿਯੋਗ ਕਰ ਰਹੇ। ਤੁਹਾਨੂੰ ਕਿੰਨਾ ਕੁ ਲੱਗਦਾ ਕਿ ਕਿੰਨਾ ਕੁ ਹੁੰਗਾਰਾ ਮਿਲ ਰਿਹਾ ਹੋਵੇਗਾ ਸਾਰੇ ਪਾਸੇ ਇਹਦਾ? ਇਹਦਾ ਜਿਹੜਾ ਲੱਗਦਾ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ, ਮੰਨ ਕੇ ਵੀ ਜੇ ਆਪਾਂ ਕਹਿੰਦੇ ਵੀ 90-95% ਜਿਹੜਾ ਇਸਦਾ ਇਹਦਾ ਸਾਨੂੰ ਜਿਹੜਾ ਰਿਸਪੋਂਸ ਮਿਲਿਆ ਔਰ ਇਹਦਾ ਹੁੰਗਾਰਾ ਮਿਲਿਆ ਸਾਰੇ ਦੇਸ਼ 'ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਂ ਲਖਵਿੰਦਰ ਸਿੰਘ ਜੀ ਕਰਾਲਾ, ਬਲਾਕ ਪ੍ਰਧਾਨ ਮੋਹਾਲੀ, ਮੇਰੇ ਨਾਲ ਕਿਰਪਾਲ ਸਿੰਘ ਸਿਓ ਵਾਲਾ ਮੋਹਾਲੀ। ਅੱਜ ਦਾ ਜਿਹੜਾ ਇਹ ਤੁਸੀਂ ਬੰਦ ਦਾ ਪ੍ਰੋਗਰਾਮ ਰੱਖਿਆ, ਇਹਦੇ ਬਾਰੇ ਤੁਸੀਂ, ਤੁਹਾਡਾ ਕੀ ਵਿਚਾਰ ਹੈ, ਕਿੰਨਾ ਕੁ ਸਮਰਥਨ ਮਿਲ ਰਿਹਾ ਤੁਹਾਨੂੰ ਲੋਕਾਂ ਦਾ? ਇਹਦਾ ਦੇਖੋ ਸਮਰਥਨ ਇਹਦਾ ਪੂਰਾ, ਇਹਦਾ ਸਮਰਥਨ 100 ਤੋਂ ਵੀ 100% ਹੈ। ਤੁਸੀਂ ਦੇਖ ਸਕਦੇ ਇੱਥੇ ਕਿੰਨਾ ਇਕੱਠ ਹੈ, ਅਤੇ ਬਨੂੜ ਦੇ ਨੇੜੇ 1 ਕਿਲੋਮੀਟਰ ਜਾਮ ਲਾਏ ਹੋਏ ਲੋਕਾਂ ਨੇ ਆਪਣੇ ਮੋਹਾਲੀ, ਅਤੇ ਸੜਕਾਂ 'ਤੇ ਬੈਠੇ ਨੇ ਸਾਰੇ, ਬਹੁਤ ਵੱਡਾ ਜਾਮ ਲੱਗੇ ਹੋਏ, ਤਾਂ ਹੀ ਲੱਗੇ ਜੇ ਲੋਕ ਜਾਗਰੂਕ ਹੋ ਚੁੱਕੇ ਨੇ। ਕੋਈ ਲੋਕਾਂ ਵੱਲੋਂ ਵਿਰੋਧ ਤਾਂ ਨਹੀਂ ਹੋ ਰਿਹਾ ਕਿ ਤੁਸੀਂ ਰਸਤਾ ਰੋਕਿਆ ਹੋਇਆ? ਬਿਲਕੁਲ ਨਹੀਂ, ਤੁਸੀਂ ਦੇਖ ਸਕਦੇ ਹੁਣ ਗੱਡੀ ਲੰਘੀ ਸੀ, ਇੱਕ ਐਮਰਜੈਂਸੀ ਜਿਹਨੂੰ ਵੀ ਲਗਾਇਆ, ਸਾਰੇ ਐਮਰਜੈਂਸੀ ਲਗਾ ਰਹੇ, ਲੋਕ ਸਗੋਂ ਕਹਿ ਰਹੇ ਦੇਖੋ ਕਿੰਨੇ ਸਵੇਰ ਦੇ ਖੜ੍ਹੇ ਨੇ, ਬਹੁਤ ਹੀ ਸਹਿਯੋਗ ਦੇ ਰਹੇ ਨੇ ਲੋਕ ਸਾਰੇ। ਆਪਾਂ ਯੋਗਦਾਨ ਕਿੱਦਾਂ ਪਾ ਰਹੇ ਲੋਕ, ਜਿਹੜੇ ਲੋਕਾਂ ਦਾ ਯੋਗਦਾਨ ਕੀ ਕੀ ਹੈ? ਲੋਕਾਂ ਦਾ ਯੋਗਦਾਨ ਤਾਂ ਇਹ ਦੇਖੋ ਜੀ, ਜਿਹੜਾ ਇੱਥੇ ਖੜ੍ਹਿਆ ਆਰਾਮ ਨਾਲ ਖੜ੍ਹੇ, ਉਹ ਲੰਗਰ ਛੱਕ ਰਿਹਾ, ਇੱਥੇ ਧਰਨੇ 'ਚ ਬੈਠਾ, ਉਹ ਇਹ ਯੋਗਦਾਨ ਹੈ। ਅਤੇ ਬਾਕੀ ਯੋਗਦਾਨ ਲੋਕ ਆਪਣੇ ਵੱਲੋਂ ਟਿਕਰੀ ਬਾਰਡਰ, ਸਿੰਘੂ ਬਾਰਡਰ ਸਾਰਿਆਂ 'ਤੇ ਆਪਣਾ ਜੋ ਸਹਿਯੋਗ ਬਣਦਾ ਕਿ ਲੱਗਿਆ ਹੋਇਆ, ਟੋਲ ਟੈਕਸ ਨਾਕਾ ਸਾਰੇ ਪਾ ਰਹੇ ਨੇ, ਜਿਵੇਂ ਜਿਸਦਾ ਹੁੰਦਾ ਸਹਿਯੋਗ ਪਾ ਰਿਹਾ। ਮੋਦੀ ਸਰਕਾਰ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਇਸ ਬੰਦ ਦੇ? ਅਸੀਂ ਦੇਖੋ ਇਹ ਸੰਦੇਸ਼ ਹੀ ਦੇਣਾ ਚਾਹੁੰਦੇ ਹਾਂ, ਬੇਨਤੀ ਵੀ ਕਰਨਾ ਚਾਹੁੰਦੇ ਹਾਂ ਕਿ ਜੋ ਤੁਸੀਂ ਕਰ ਲਿਆ ਠੀਕ ਹੈ, ਇੰਨੀ ਦੇਰ ਤੋਂ 300 ਉੱਪਰ ਕਿਸਾਨ ਸ਼ਹੀਦ ਹੋ ਚੁੱਕੇ ਹੈ, ਤੁਸੀਂ ਹੁਣ ਵੀ ਸਮਝੋ ਦੇਰ ਆਏ ਦਰੁਸਤ ਆਏ, ਇਹ ਕਾਨੂੰਨ ਵਾਪਸ ਲਓ, ਜਦੋਂ ਕਿਸੇ ਨੂੰ ਲੋੜ ਹੀ ਨਹੀਂ ਹੈ ਕੋਈ ਚੀਜ਼ ਦੇਵੇ, ਆਪਾਂ ਨੂੰ ਕੀ ਲੋੜ ਹੈ ਜ਼ਬਰਦਸਤੀ ਲੈਣ ਦੀ, ਇਹ ਕਾਨੂੰਨ ਵਾਪਸ ਲਵੇ, ਸਭ ਦਾ ਭਲਾ ਹੋਵੇ, ਸਾਰੇ ਆਪਣੇ ਘਰ ਆ ਕੇ ਬੈਠੇ। ताज़ा अपडेट्स व बड़ी खबरों के लिए सब्सक्राइब करें आज प्रकाश टीवी और बेल आइकन।